ਅਸਲਾਮ ਵਾਲੇਕੁਮ ਸਜਣੋ ਤੇ ਮਿੱਤਰੋ, ਭੈਣੋ ਤੇ ਭਰਾਵੋ, ਛੋਟੇ ਤੋਂ ਵੱਡੇ, ਵਿਹਲੇ ਤੇ ਕਾਮਯਾਬ, ਤੁਹਾਡਾ ਆਪਣਾ ਵੀਰ ਚੌਧਰੀ ਬ੍ਰੈਂਡ। ਉਮੀਦ ਕਰਦਾ ਤੁਸੀਂ ਸਾਰੇ ਖੈਰ ਨਾਲ ਖੁਸ਼ਬਾਸ਼ ਹੋ ਗਏ। ਅਲਹਮਦੁਲਿਲਾ, ਮੈਂ ਵੀ ਠੀਕ ਠਾਕ। ਜਿੱਦਾਂ ਤੇ ਅਕਸਰ ਲੋਕ ਕਹਿੰਦੇ ਨੇ ਯਾਰ ਹਾਲਾਤ ਬਹੁਤ ਖਰਾਬ ਨੇ, ਕੁਛ ਸਮਝ ਨਹੀਂ ਆ ਰਹੀ ਯਾਰ, ਇਸ ਹਾਲਾਤ ਦੇ ਵਿੱਚ ਕੀ ਕਰਨਾ ਚਾਹੀਦਾ ਵਾ। ਹਰ ਇਨਸਾਨ ਦਾ ਅੱਜ ਕੱਲ੍ਹ ਇਹੀ ਹੁੰਦਾ ਵਾ, ਤੇ ਫਿਰ ਉਹ ਬੜਾ ਪਰੇਸ਼ਾਨ ਹੁੰਦਾ ਕਿ ਯਾਰ ਮੈਂ ਹੁਣ ਕੀ ਕਰਾਂ, ਮੇਰੀ ਕੁਛ ਸਮਝ ਨਹੀਂ ਆ ਰਹੀ, ਕੀ ਕਰਨਾ ਚਾਹੀਦਾ ਹਾਲਾਤ ਜਦੋਂ ਖਰਾਬ ਹੋਵੇ। ਜਿਸ ਟਾਈਮ ਜਿੰਨੇ ਮਰਜ਼ੀ ਤੁਹਾਡੇ ਹਾਲਾਤ ਖਰਾਬ ਨੇ ਨਾ, ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ ਤੁਹਾਡੇ ਇਖਤਿਆਰ ਦੇ ਵਿੱਚ ਹੁੰਦੀਆਂ ਨੇ। ਜਿਹਦਾ ਕਿ ਵਾਸਫ ਅਲੀ ਵਾਸਫ ਸਾਹਿਬ ਦਾ ਬਹੁਤ ਪਿਆਰਾ ਜੁਮਲਾ ਹੈ ਕਿ ਹਨੇਰੇ ਦੇ ਵਿੱਚ ਦੂਰ ਕਿਤੇ ਤੁਹਾਨੂੰ ਕੋਈ ਰੋਸ਼ਨੀ ਨਜ਼ਰ ਆ ਰਹੀ ਨਾ, ਉਹਦੀ ਜਿਹੜੀ ਸ਼ਵਾਬ ਆ ਉਹ ਵੀ ਇੱਕ ਆਵਾਜ਼ ਦਾ ਕੰਮ ਕਰ ਰਹੀ ਹੁੰਦੀ, ਮਤਲਬ ਤੁਹਾਨੂੰ ਗਾਈਡ ਕਰ ਰਹੀ ਹੁੰਦੀ। ਦੁਨੀਆਂ ਦੇ ਜਿੱਡੇ ਮਰਜ਼ੀ ਹਾਲਾਤ ਖਰਾਬ ਹੋਣ, ਉਸ ਟਾਈਮ ਜਿਹੜਾ ਕੁਛ ਤੁਹਾਨੂੰ ਸੁਣਾਈ ਦੇ ਰਿਹਾ ਹੁੰਦਾ ਉਹਨੂੰ ਗੌਰ ਨਾਲ ਸੁਣੋ, ਜਿਹੜਾ ਕੁਛ ਤੁਹਾਨੂੰ ਦਿਖਾਈ ਦੇ ਰਿਹਾ ਉਹਨੂੰ ਗੌਰ ਨਾਲ ਦੇਖੋ, ਜਿਹੜਾ ਕੁਛ ਮਹਿਸੂਸ ਹੋ ਰਿਹਾ ਉਹਨੂੰ ਗੌਰ ਨਾਲ ਮਹਿਸੂਸ ਕਰੋ। ਕਿ ਦੁਨੀਆਂ ਦੇ ਜਿੱਡੇ ਮਰਜ਼ੀ ਹਾਲਾਤ ਖਰਾਬ ਹੋਏ ਨਾ, ਉਹਦੇ ਵਿੱਚ ਇੱਕ ਮੈਸੇਜ ਹੁੰਦਾ, ਉਹ ਮੈਸੇਜ ਹੋ ਰਿਹਾ ਕਿ ਜ਼ਿੰਦਗੀ ਇੱਡੀ ਮੁਸ਼ਕਲ ਨਹੀਂ ਹੈਗੀ। ਉਹ ਮੈਸੇਜ ਇਹ ਹੈਗਾ ਵਾ ਕਿ ਤੁਹਾਡੀ ਆਪਣੀ ਫੈਮਿਲੀ ਵੀ ਖਾਸ ਹੈਗੀ। ਉਹ ਮੈਸੇਜ ਹੈਗਾ ਵਾ ਕਿ ਦੁਨੀਆਂ ਦੇ ਵਿੱਚ ਜਿੱਦਾਂ ਦੀ ਮਰਜ਼ੀ ਟਾਈਮ ਜ਼ਿੰਦਗੀ ਆ ਜਾਵੇ ਉਹਨੂੰ ਗੁਜ਼ਾਰਨਾ ਕਿੱਦਾਂ। ਜਿਹੜਾ ਕੁਛ ਉਸ ਟਾਈਮ ਤੁਹਾਨੂੰ ਮਹਿਸੂਸ ਜਾਂ ਕੋਈ ਜ਼ਿਹਨ ਦੇ ਵਿੱਚ ਆ ਰਿਹਾ ਨਾ ਉਹਨੂੰ ਸਮਝੋ। ਫਿਰ ਦੁਨੀਆਂ ਦੇ ਜਿੱਡੇ ਮਰਜ਼ੀ ਹਾਲਾਤ ਖਰਾਬ ਹੋਏ, ਕੁਛ ਚੀਜ਼ਾਂ ਇਨਸਾਨ ਦੇ ਆਪਣੇ ਵਾਸਤੇ ਹੁੰਦੀਆਂ, ਮਤਲਬ ਕਿ ਸਭ ਤੋਂ ਵੱਡੇ ਦੋ ਹਥਿਆਰ ਹੁੰਦੇ ਨੇ ਇਨਸਾਨ ਦੇ ਕੋਲ। ਇੱਕ ਹੁੰਦਾ ਸਬਰ ਕਿ ਆਉਣ ਵਾਲੀ ਮੁਸੀਬਤ ਨੂੰ ਤੁਸੀਂ ਥਕਾ ਦੇਣਾ, ਆਉਣ ਵਾਲੀ ਮੁਸੀਬਤ ਨੂੰ ਤੁਸੀਂ ਕਿੱਦਾਂ ਥਕਾਉਣਾ ਹੈਗਾ ਵਾ। ਕੋਈ ਆ ਰਿਹਾ ਤੁਹਾਨੂੰ ਧਮਕਾ ਰਿਹਾ ਹੈਗਾ, ਕੋਈ ਆ ਰਿਹਾ ਤੁਹਾਨੂੰ ਡਾਂਟ ਰਿਹਾ ਹੈਗਾ, ਕੋਈ ਆ ਰਿਹਾ ਤੁਹਾਨੂੰ ਗਾਲੀ ਦੇ ਰਿਹਾ, ਕੋਈ ਆ ਰਿਹਾ ਤੁਹਾਨੂੰ ਡੰਡੇ ਮਾਰ ਰਿਹਾ। ਤੁਸੀਂ ਉਸ ਟਾਈਮ ਖਾਮੋਸ਼ੀ ਇਖਤਿਆਰ ਕੀਤੀ, ਹਲਕੀ ਜਿਹੀ ਸਮਾਈਲ ਕੀਤੀ ਅਤੇ ਦਿਲ ਦੇ ਵਿੱਚ ਕਿਹਾ ਕਿ ਇਹ ਵੀ ਦਿਨ ਗੁਜ਼ਰ ਜਾਣਾ, ਕੱਲ੍ਹ ਨੂੰ ਫਿਰ ਇਹੀ ਟਾਈਮ ਆਇਆ, ਇੱਦਾਂ ਹੀ ਹੋਇਆ। ਤੁਸੀਂ ਫਿਰ ਖਾਮੋਸ਼ੀ ਇਖਤਿਆਰ ਕੀਤੀ, ਹਲਕੀ ਜਿਹੀ ਸਮਾਈਲ ਕੀਤੀ ਅਤੇ ਤੁਸੀਂ ਕਿਹਾ ਕਿ ਇਹ ਵੀ ਦਿਨ ਗੁਜ਼ਰ ਜਾਣਾ। ਫਿਰ ਜਿਹੜੀ ਆਉਣ ਵਾਲੀ ਮੁਸੀਬਤ ਇੱਕ ਗੱਲ ਯਾਦ ਰੱਖਣਾ, ਉਹ ਇੱਕ ਦਿਨ ਖਤਮ ਹੋ ਜਾਂਦੀ ਹੈ। ਜਦੋਂ ਮੁਸੀਬਤ ਖਤਮ ਹੋ ਗਈ ਤੁਹਾਨੂੰ ਪਤਾ ਲੱਗੇਗਾ ਵੀ ਸਬਰ ਕੀ ਹੁੰਦਾ। ਫਿਰ ਤੁਸੀਂ ਉਸ ਦਿਨ ਕਹੋਗੇ ਕਿ ਸਬਰ ਦਾ ਫਲ ਵਾਕਈ ਮਿੱਠਾ ਹੁੰਦਾ, ਕਿਉਂਕਿ ਜ਼ਿੰਦਗੀ ਦੇ ਜਿੱਡੇ ਮਰਜ਼ੀ ਹਾਲਾਤ ਖਰਾਬ ਹੋ ਜਾਣਾ, ਜਦੋਂ ਤੁਸੀਂ ਸਬਰ ਕਰਨਾ ਸਿੱਖ ਲਿਆ ਨਾ, ਤੁਹਾਨੂੰ ਸਬਰ ਆ ਗਿਆ, ਕੋ ਜੋ ਮਰਜ਼ੀ ਦੁਨੀਆ ਹੋ ਜਾਵੇ, ਜਿੱਦਾਂ ਮਰਜ਼ੀ ਤੁਹਾਡੇ ਨਾਲ ਗੁਜ਼ਰੇ, ਪਿਛਲਾ ਤੁਸੀਂ ਆਪਣੀ ਜ਼ਿੰਦਗੀ ਵੇਖੋ, ਜੋ ਕੁਛ ਹੋਇਆ ਹੋਵੇ ਤੁਸੀਂ ਸਭ ਕੁਛ ਭੁੱਲ ਜਾਣਾ, ਕੋ ਤੁਸੀਂ ਸਬਰ ਕੀਤਾ ਹੁੰਦਾ, ਤੁਸੀਂ ਹਰ ਚੀਜ਼ ਦੇ ਨਾਲ ਲੜਿਆ ਹੁੰਦਾ, ਉਸ ਟਾਈਮ ਤੁਸੀਂ ਮੁਕਾਬਲਾ ਉਹਨਾਂ ਨਾਲ ਕੀਤਾ ਹੁੰਦਾ, ਤੁਹਾਨੂੰ ਪਤਾ ਲੱਗ ਜਾਂਦਾ। ਫਿਰ ਤੁਸੀਂ ਅੱਗੇ ਵੀ ਜਾ ਕੇ ਨਾ ਜ਼ਿੰਦਗੀ ਦੇ ਵਿੱਚ ਕਿਸੇ ਦੇ ਮੁਸ਼ਕਲ ਹਾਲਾਤ ਆ ਜਾਣ, ਜਿੰਨੇ ਮਰਜ਼ੀ ਮੁਸ਼ਕਲ ਹਾਲਾਤ ਆ ਜਾਣ, ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹਾਂ। ਇਹੀ ਤਰੀਕਾ ਇੱਕ ਜ਼ਿੰਦਗੀ ਦਾ ਹੈਗਾ ਬੰਦੇ ਇਨਸਾਨ ਨੂੰ ਜੀਣ ਵਾਸਤੇ ਨਾ, ਕਿ ਸਬਰ ਤਾਂ ਲਾਜ਼ਮੀ ਹੈ, ਸਬਰ ਤਾਂ ਹਰ ਕੰਮ ਦੇ ਵਿੱਚ ਹੁੰਦਾ। ਫਿਰ ਦੂਜਾ ਧਿਆਨ ਜਿਹੜਾ ਹੈਗਾ ਦੁਆ ਦਾ, ਤੁਸੀਂ ਉਸ ਚੀਜ਼ 'ਤੇ ਤੁਹਾਡਾ ਐਡਾ ਕਾਮਲ ਯਕੀਨ ਹੋਵੇ, ਤੁਹਾਡਾ ਐਡਾ ਮਜ਼ਬੂਤ ਈਮਾਨ ਹੋਵੇ ਕਿ ਤੁਹਾਨੂੰ ਜਿਹੜੀ ਚੀਜ਼ ਦਿਖਾਈ ਨਹੀਂ ਦੇ ਰਹੀ ਉਹ ਸਭ ਕੁਛ ਕਰ ਰਹੀ ਹੈਗੀ, ਉਹ ਹੈਗੀ ਅੱਲਾਹ ਦੀ ਜ਼ਾਤ। ਤੁਹਾਨੂੰ ਉਹਨਾਂ 'ਤੇ ਇੰਨਾ ਭਰੋਸਾ ਹੋ ਜਾਵੇ ਕਿ ਜੋ ਕੁਛ ਵੀ ਹੋਣਾ ਨਾ ਅੱਲਾਹ ਦੀ ਜ਼ਾਤ ਨੇ ਕਰਨਾ। ਤੁਸੀਂ ਅੱਲਾਹ ਦੇ ਅੱਗੇ ਦੁਆ ਕਰੋ, ਇੱਦਾਂ ਨੀਅਤ ਹੋਵੇ ਦਿਲ ਦੇ ਵਿੱਚ ਕਿ ਦੁਨੀਆਂ ਦੀ ਖੁਆਇਸ਼ ਖਤਮ, ਬਸ ਅੱਲਾਹ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੁਆ ਮੰਗ ਰਹੇ ਹੋ, ਤੁਹਾਡਾ ਕਨੈਕਸ਼ਨ ਜਿਹੜਾ ਕਿ ਅੱਲਾਹ ਤਾਲਾ ਦੇ ਨਾਲ ਹੋਣਾ ਚਾਹੀਦਾ, ਤੁਸੀਂ ਦੁਨੀਆਂ ਨੂੰ ਉਸ ਟਾਈਮ ਭੁੱਲ ਜਾਓ। ਤੁਸੀਂ ਉਸ ਟਾਈਮ ਜਿਸ ਤਰ੍ਹਾਂ ਦੁਆ ਕਰ ਰਹੇ ਹੋ, ਤੁਹਾਡੇ ਜ਼ਿਹਨ ਦੇ ਵਿੱਚ ਆਏਗਾ ਕਿ ਤੁਸੀਂ ਦੀਏ ਜਿਹੜੇ ਦੇਖੇ ਆ ਕਾਲੇ ਹੋਏ ਆ, ਲੇਕਿਨ ਦੇਖੋ ਨਾ ਤੁਸੀਂ ਨਹੀਂ ਜਲਾਏ ਹੁੰਦੇ, ਉਹ ਵੀ ਤੁਹਾਨੂੰ ਇੱਕ ਨਾ ਸਬਕ ਦੇ ਰਹੇ ਹੁੰਦੇ ਆ ਤੁਹਾਡੇ ਵਾਸਤੇ, ਕਿ ਉਹ ਵੀ ਬੜੀ ਰਾਹਤ ਹੁੰਦੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ
ਹੁਣ ਸੁਣਾਈ ਦੇ ਵਿੱਚ ਕੁਛ ਵੀ ਤੁਸੀਂ ਵੀਡੀਓ ਵੇਖੋਗੇ ਨਾ ਤੁਹਾਨੂੰ ਕੁਛ ਵੀ ਸਮਝ ਤੁਸੀਂ ਕਿ ਜਦੋਂ ਇਸ ਚੀਜ਼ ਨੂੰ ਕਰੋਗੇ ਨਾ ਤੁਹਾਨੂੰ ਇਨਸ਼ਾਅੱਲਾ ਤਾਲਾ ਸਾਰੀ ਸਮਝ ਆਏਗੀ। ਦੁਆ ਦੇ ਵਿੱਚ ਅੱਲਾਹ ਤਾਲਾ ਨੇ ਬਹੁਤ ਕੁਛ ਰੱਖਿਆ, ਤੁਹਾਡਾ ਜ਼ਾਤ 'ਤੇ ਪੂਰਾ ਯਕੀਨ ਹੈਗਾ ਨਾ, ਤੁਸੀਂ ਦੁਆ ਮੰਗਣੀ ਆ, ਤੁਹਾਡੇ ਉਸ ਟਾਈਮ ਆਂਸਰ ਨਿਕਲਣੇ ਹੈਗੇ ਆ ਕਿ ਅੱਲਾਹ ਤਾਲਾ ਨੇ ਜਦੋਂ ਵੇਖਣਾ ਹੈਗਾ ਨਾ ਤੁਹਾਡੀ ਨੀਅਤ ਦੇਖਣੀ, ਤੁਹਾਡਾ ਦਿਲ ਵੇਖਣਾ ਹੈਗਾ। ਜਦੋਂ ਦੁਆ ਕਬੂਲ ਹੋ ਗਈ ਤੁਸੀਂ ਦੁਨੀਆਂ ਨੂੰ ਸਾਰੀ ਜਿੰਨੇ ਤੁਹਾਡੀ ਜਿਸ ਟਾਈਮ ਤੁਹਾਡੇ ਹਾਲਾਤ ਬਿਹਤਰ ਹੋ ਜਾਣੇ ਨਾ, ਜਿੰਨੇ ਹਾਲਾਤ ਤੁਸੀਂ ਆਪਣੀ ਜ਼ਿੰਦਗੀ ਦੇ ਪਿੱਛੇ ਵੇਖੇ ਹੋਣੇ ਤੁਹਾਨੂੰ ਉਸ ਟਾਈਮ ਸਾਰੇ ਭੁੱਲ ਜਾਣੇ, ਯਕਦਮ ਜਦੋਂ ਬੰਦੇ ਦੇ ਹਾਲਾਤ ਠੀਕ ਹੋ ਜਾਂਦੇ ਆ, ਇੱਕ ਤੁਸੀਂ ਸਬਰ ਕੀਤਾ ਹੁੰਦਾ ਉਹਦਾ ਫਲ ਮਿਲਿਆ ਹੁੰਦਾ, ਇੱਕ ਰੱਬ ਅੱਗੇ ਦੁਆ ਕੀਤੀ ਹੁੰਦੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਨਸਾਨ ਅਗਰ ਕਰਨੀਆਂ ਕੋਸ਼ਿਸ਼ ਸ਼ੁਰੂ ਕਰੇ ਕੋਸ਼ਿਸ਼ ਕਰੇ ਤਾਂ ਇਨਸ਼ਾਅੱਲਾ ਤਾਲਾ ਹਾਲਾਤ ਕੀ ਹੈਗੇ ਦੁਨੀਆ 'ਚ ਹਰ ਕੁਛ ਤੁਹਾਡੇ ਮੁਕਾਬਲੇ 'ਚ ਖਤਮ ਹੋ ਜਾਣਾ ਹੈਗਾ, ਕਿ ਤੁਸੀਂ ਉਸ ਟਾਈਮ ਇੱਕ ਮਜ਼ਬੂਤ ਇਨਸਾਨ ਬਣ ਜਾਣਾ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਸਾਡਾ ਯੂਟਿਊਬ ਚੈਨਲ ਹੈਗਾ 145 ਫਾਊਂਡੇਸ਼ਨ, ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ। ਆਪਣਾ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਦੇ ਹਵਾਲੇ।